ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ। ਅੱਜ ਬਾਈ ਥੋੜ੍ਹੀ ਜਿਹੀ ਸੁਸਤੀ ਆ ਕਿਉਂਕਿ ਅੱਜ ਹੈਗਾ ਵਿਆਹ ਮੇਰੀ ਸਹੇਲੀ ਦਾ, ਠੀਕ ਹੈ, ਅਤੇ ਗਰਮੀਆਂ ਦਾ ਵਿਆਹ ਗਾ। ਮੇਨ ਮਕਸਦ ਵਲੌਗ ਬਣਾਉਣ ਦਾ ਇਹ ਨਹੀਂ ਵੀ ਤੁਹਾਨੂੰ ਵਿਆਹ ਦਿਖਾਉਣੇ ਆ, ਕਿਉਂਕਿ ਵਿਆਹ ਸਾਰੇ ਦੇਖਦੇ ਹੁੰਦੇ ਆ, ਸਾਰਿਆਂ ਦੇ ਇੱਕੋ ਜਿਹੇ ਹੁੰਦੇ ਆ। ਬਟ ਜਦੋਂ ਆਪਾਂ ਅਲੱਗ ਏਰੀਏ 'ਚ ਜਾਂਦੇ ਹਾਂ ਉਦੋਂ ਰੀਤੀ ਰਿਵਾਜਾਂ ਦਾ ਫਰਕ ਪੈ ਜਾਂਦਾ, ਹੈ ਨਾ। ਅਤੇ ਅੱਜ ਜਿਹੜਾ ਹੈਗਾ ਜਿਵੇਂ ਆਪਾਂ ਚੱਕ ਲਈ ਆਪਣੀ ਡਰੈਸ, ਠੀਕ ਹੈ, ਵੀ ਗਰਮੀਆਂ 'ਚ ਕਿਵੇਂ ਦੀ ਲੁੱਕ ਹੋਣੀ ਚਾਹੀਦੀ ਆਪਣੀ, ਕਿਵੇਂ ਆਪਾਂ ਕੰਫਰਟੇਬਲ ਰਹਿ ਸਕਦੇ ਹਾਂ। ਵੈਸੇ ਕੰਫਰਟੇਬਲ ਤਾਂ ਰਹਿ ਹੀ ਨਹੀਂ ਸਕਦੇ ਹੁੰਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਆ, ਪਰ ਜੋ ਵੀ ਆ ਜਿਵੇਂ ਵੀ ਆ ਅਤੇ ਤੁਹਾਨੂੰ ਅੱਜ ਉਹ ਦਿਖਾਵਾਂਗੇ ਆਪਾਂ। ਤੁਹਾਨੂੰ ਪਤਾ ਹੀ ਆ ਆਪਾਂ ਤਿਆਰ ਕਿੱਥੇ ਹੁੰਦੇ ਹਾਂ, ਠੀਕ ਹੈ, ਗਲੈਮਰ ਸਲੂਨ ਆਪਾਂ ਕਮਲ ਕੋਲ ਚੱਲੇ ਹਾਂ। ਅਤੇ ਇਹਨਾਂ ਦਾ ਜਿੰਮ ਦਾ ਪਲੈਨ ਬਣ ਗਿਆ ਵੀ ਕਹਿੰਦੇ ਨਾਲੇ ਤੈਨੂੰ ਛੱਡ ਦਾਂਗੇ ਨਾਲੇ ਜਿੰਮ ਲਾ ਲਾਂਗੇ। ਪਹਿਲਾਂ ਇਹਨਾਂ ਨੂੰ ਆਏ ਸੀਗਾ ਵੀ ਮੈਨੂੰ ਛੱਡੇ ਆਉਣਗੇ ਫਿਰ ਲੈ ਆਉਣਗੇ। ਗੁਣਤਾਜ ਤੂੰ ਵੀ ਜਾਣਾ, ਗੁਣਤਾਜ ਉਰੇ ਆਏ, ਗੁਣਤਾਜ ਆ ਜਾ ਆ ਜਾ ਆ ਜਾ ਆ ਜਾ, ਚਾਚੀ ਲੈ ਕੇ ਜਾਊ ਪੁੱਤ, ਚਲੋ ਬੈਠੋ। ਵੈਰੀ ਗੁੱਡ, ਪਹਿਲਾਂ ਹਾਏ ਕਰ ਦਿਓ ਸਾਰਿਆਂ ਨੂੰ ਕਿ ਹੈਲੋ ਫਰੈਂਡਸ। ਕਿਦਾਂ ਬੋਲਦੇ ਚਿੱਟਿਆ ਜਾ ਚਿੱਟਿਆ ਜਾ, ਆ ਪੈਕ ਮੇਰੇ ਪੁੱਤ ਦੇ, ਸਾਰੇ ਜਣੇ ਜਿੰਮ 'ਚ ਦਿਖਾਇਓ ਵੀ ਸਾਡੇ ਪੁੱਤ ਦੇ ਲੋਕਾਂ ਦੇ ਸਿਕਸ ਪੈਕ ਹੁੰਦੇ ਆ ਕਿ ਇਹਦੇ 8 ਨੇ। ਪਹਿਲਾਂ ਨਹੀਂ ਬਾਈ ਇਹ ਬੋਲਿਆ, ਜਦੋਂ ਕਿਹਾ ਚੌਕਲੇਟ ਦਾ ਡੱਬਾ ਕਰ ਦੋ ਕੈਂਸਲ, ਫੇਰ ਬੋਲਿਆ ਜਵਾਕ ਸਾਡਾ। ਹੈਲੋ ਗਾਈਸ, ਚਲੋ ਖੇਡੀ ਆਪਾਂ। ਹੈਲੋ ਗਾਈਸ, ਕਿਵੇਂ ਹੋ? ਆ ਦੇਖ ਲਓ ਬੁਲਾ ਕੇ ਮੈਨੂੰ, ਆਪ ਲੇਟ ਹੋ ਜਾਂਦੇ ਨੇ ਬਾਲੇ ਸਿਆਣੇ। ਆ ਦੇਖ ਲਓ ਬਾਈ ਦੇਖ ਲਓ, ਲਾਈਟਾਂ ਬੰਦ ਸੀਗੀਆਂ, ਬੁਲਾ ਕੇ ਮੈਨੂੰ ਆਪ ਲੇਟ ਹੋ ਜਾਂਦੇ ਨੇ। ਇੱਕ ਇੱਕ ਗੁੱਡੀ ਸਾਡੀ ਘਰ ਦਾ ਕੰਮ ਵੀ ਕਰਕੇ ਆਉਂਦੀ ਹੈ ਨਾ ਫਿਰ, ਹੈ ਨਾ ਮੋਟੀ, ਮੂੰਹ ਤਾਂ ਨਾ ਹੀ ਖੋਲੀ ਫਿਰ ਅਜੇ। ਚਲੋ 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 ਜਲਦੀ ਫਾਸਟ, ਆਪਾਂ ਬਰਾਈਡਲ ਹੋਣ ਤੋਂ ਪਹਿਲਾਂ ਮੈਨੂੰ ਕੱਢ ਦਿਓ ਬਾਹਰ, ਚਾਨਣ ਕਰ ਦਿਓ। ਆਪਾਂ ਆਪਣੀ ਲੋਕੇਸ਼ਨ ਦੇ ਉੱਤੇ ਪਹੁੰਚ ਗਏ ਹਾਂ ਬਾਈ। ਮੈਂ ਕਿਹਾ ਚਲੋ ਗਰਮੀਆਂ ਦੀ ਲੁੱਕ ਦਿਖਾ ਦਈਏ ਵੀ ਕਿਵੇਂ ਜੇ ਤੁਸੀਂ ਮੇਕਅਪ ਲੈ ਸਕਦੇ ਹੋ, ਹਲਕਾ ਹਲਕਾ, ਹੈ ਨਾ ਮੋਟੂ। ਇਹਨੂੰ ਪ੍ਰੈਸ ਕਰਨ ਵਾਲਾ ਕਰਦੀ, ਮੈਂ ਕਿਹਾ ਕਮਲ ਆਪ ਹੀ ਕਰ ਦੂਗੀ, ਧੋ ਕੇ ਮੈਂ ਹੀ ਰੱਖਦਾ ਸੀ। ਕਲਰ ਹੈ ਨਾ ਕਿੰਨਾ ਪਿਆਰ ਇਹ ਡਰੈਸ ਆਪਣੀ, ਠੀਕ ਹੈ, ਖੁਸ਼ ਆ? ਬਸ ਹੋਰ ਤਾਂ ਕੁਛ ਨਹੀਂ, ਚੁੰਨੀ ਦੇਖ ਲਾ। ਹਾਂ ਹੁਣ ਪਹਿਲਾਂ ਆਪਾਂ ਇਹ ਤੋਂ ਨੇਲ ਪੋਲਿਸ਼ ਉਤਾਰਦੇ ਹਾਂ। ਅੱਜ ਪਹਿਲਾਂ ਤੂੰ, ਹਾਂਜੀ ਮੇਕਅਪ ਆਪਣੇ ਹੋ ਗਿਆ, ਤੁਹਾਨੂੰ ਸਾਰੀ ਲੁੱਕ ਬਾਅਦ 'ਚ ਦਿਖਾਊਂਗੀ ਮੈਂ, ਅਤੇ ਡਰੈਸ ਵੀ ਆਪਾਂ ਤੁਸੀਂ ਦੇਖ ਸਕਦੇ ਹੋ ਕਲਰ ਆਹ ਵਾਲਾ ਗਾ, ਠੀਕ ਹੈ। ਅਤੇ ਹੁਣ ਆਪਣਾ ਇਕੱਲਾ ਹੇਅਰ ਸਟਾਈਲ ਰਹਿ ਗਿਆ, ਹੇਅਰ ਸਟਾਈਲ ਰਹਿ ਕੇ ਜੁਐਲਰੀ ਰਹਿ ਗਈ, ਫਿਰ ਦੇਖਦੇ ਹਾਂ ਆਪਾਂ ਆਪਣੀ ਫਾਈਨਲ ਲੁੱਕ। ਅਤੇ ਲਾਸਟ ਵਾਲੇ ਵਲੌਗ 'ਚ ਤੁਸੀਂ ਦੇਖਿਆ ਸੀ ਮੈਂ ਮੋਟੀ ਜ਼ਿਆਦਾ ਸੀ, ਅਤੇ ਪਰ ਹੁਣ ਮੈਂ ਪਤਲੀ ਹੋ ਗਈ। ਇੱਧਰ ਗੌਰ ਜ਼ਰੂਰ ਬਈ, ਹਾਂ ਹੁਣ ਇਹਨੇ ਬਹੁਤ ਵੇਟ ਲੂਜ਼ ਕਰ ਲਿਆ, ਤੇਨੇ ਵੇਟ ਲੂਜ਼ ਕੀਤਾ ਵੀ ਜਿੱਥੋਂ ਮੈਂ ਡਾਈਟ ਪਲਾਨ ਲੈਤਾ ਸੀਗਾ, ਠੀਕ ਹੈ, ਜਿਹੜੀ ਮੈਂ ਆਈਡੀ ਸ਼ੇਅਰ ਕਰਦੀ ਹੁੰਦੀ ਹਾਂ ਇੰਸਟਾਗ੍ਰਾਮ 'ਤੇ। ਅੱਛਾ ਰਿਜ਼ਲਟ ਆ ਉਹਨਾਂ ਦਾ, ਮੈਨੂੰ ਬਹੁਤ ਅੱਛਾ ਰਿਜ਼ਲਟ ਮਿਲਿਆ, ਹਲੇ ਟਾਈਮ ਵੀ ਕੁਛ ਨਹੀਂ ਹੋਇਆ, ਪਰ ਮੇਰਾ ਮੰਨ ਕੇ ਚਲੋ ਤੁਸੀਂ 4 ਤੋਂ 5 ਕੇਜੀ ਵੇਟ ਲੂਜ਼ ਹੋਇਆ, ਤੇ ਬਾਕੀ ਅੱਗੇ ਤੁਹਾਨੂੰ ਰਿਜ਼ਲਟ ਫਿਰ ਦੁਬਾਰਾ ਸ਼ੇਅਰ ਕਰਾਂਗੇ ਕੁਛ ਟਾਈਮ ਬਾਅਦ। ਯੈਸ ਯੈਸ, ਤਾਂ ਤੁਸੀਂ ਜਰੂਰ ਉਹਨਾਂ ਨੂੰ ਫੋਲੋ ਕਰੋ ਡੀਐਮ ਕਰਕੇ, ਤਾਂ ਤੁਸੀਂ ਅੱਛੇ ਅੱਛੇ ਰਿਜ਼ਲਟ ਵੀ। ਹਾਂਜੀ, ਅੱਛੇ ਅੱਛੇ ਮੇਕਅਪ ਲਈ, ਹੇਅਰ ਸਟਾਈਲ ਲਈ, ਠੀਕ ਹੈ, ਅੱਛੀ ਅੱਛੀ ਸਕਿਨ ਦੇ ਲਈ ਤੁਸੀਂ ਇਹਨਾਂ ਨੂੰ ਡੀਐਮ ਕਰ ਸਕਦੇ ਹੋ ਗਲੈਮਰ ਸਲੂਨ। ਹੁਣ ਮੋਟੀ, ਹਲੇ ਤਾਂ ਮੈਂ ਤੈਨੂੰ ਮੋਟੀ ਹੋ ਕਹਿਣਾ, ਹਲੇ ਤੂੰ ਓਨੀ ਪਤਲੀ ਨਹੀਂ ਹੋਈ ਵੀ ਤੈਨੂੰ ਪਤਲੀ ਕਹਿਣਾ। ਹੁਣ ਮੈਨੂੰ ਮਤਲਬ ਇਦਾਂ ਲੱਗਣ ਲੱਗ ਗਿਆ ਵੀ ਹੋ ਜਾਣਾ। ਨਹੀਂ ਆ ਵੀਡੀਓ 'ਚ ਫਰਕ ਲੱਗ ਰਿਹਾ, ਪਿਛਲੀ ਵੀਡੀਓ ਕੱਢ ਕੇ ਦੇਖੀ। ਹਾਂਜੀ, ਉਹਦੇ ਨਾਲ ਹੁਣ ਬਹੁਤ ਫਰਕ ਲੱਗਦਾ, ਮੈਨੂੰ ਖੁਦ ਨੂੰ ਵੀ ਫਰਕ ਲੱਗਦਾ, ਬਹੁਤ ਜ਼ਿਆਦਾ ਫਰਕ ਆ। ਹਾਏ ਹਾਏ ਭਾਫਾਂ ਕੱਢਤੀਆਂ, ਸਾੜ ਨਾ ਦਿਓ। ਦੇਖੀ ਤੇਰੀ ਚਾਚੀ ਕਿੰਨਾ ਟਾਈਮ ਲਾਉਂਦੀ ਹੈ ਤਿਆਰ ਹੋਣ ਤੇ, ਹੈਨਾ, ਇਹਨੂੰ ਕਿਹੜੀ ਕੀ ਗੱਲ ਆ, ਘੁੰਦੂਆਂ ਹੋ ਗਈ ਗਏ, ਚਾਚੀ ਇੰਨਾ ਟਾਈਮ ਲਾਈ ਜਾਂਦਾ ਹੈ ਓਏ। ਅਸੀਂ ਤਾਂ ਹੋ ਗਏ ਸੀ ਤਿਆਰ ਜੀ, ਮੈਂ ਤਿਆਰ ਹੋ ਗਿਆ, ਤਾਜ ਤਾਂ ਜਾਂਦਾ ਨਹੀਂ ਸਾਡੇ ਨਾਲ, ਅਤੇ ਮੈਡਮ ਹਜੇ ਤੱਕ ਆਈ ਨਹੀਂ ਬਾਹਰ। ਦੇਖ ਤਾਂ ਲੈ ਕਿੰਨੀ ਸਹੀ ਲਾਈ ਤੇਰੀ ਭੈਣ, ਆ ਕੁੜੀ ਦਾ ਵਿਆਹ, ਇਹਨੂੰ ਵਿਆਹ ਤੋਂ ਪਹਿਲਾਂ ਦੇਖ ਲਓ, ਫਿਰ ਇਹਨੂੰ ਲਹਿੰਗੇ ਦੀ ਲੁੱਕ 'ਚ ਦੇਖ ਲਿਓ, ਮਹਿੰਦੀ ਬਹੁਤ ਸੋਹਣੀ ਲਾਈ ਸੀ ਤੇਰੀ ਯਾਰ, ਇਹ ਹਜੇ ਸਦਮੇ 'ਚ ਹੈਗੀ ਸਮਝੋ ਤੁਸੀਂ, ਫਿਰ ਇਹ ਸਦਮੇ 'ਚੋਂ ਬਾਹਰ ਆ ਜੂਗੀ, ਹੈ ਨਾ ਕਮਲ। ਆਪਾਂ ਰੈਡੀ ਹੋ ਗਏ, ਮੇਰਾ ਹੇਅਰ ਸਟਾਈਲ ਵੀ ਹੋ ਗਿਆ ਅਤੇ ਮੇਕਅਪ ਵੀ ਹੋ ਗਿਆ, ਮੈਂ ਇਹਦੇ ਵਿਆਹ 'ਤੇ ਹੀ ਜਾਣਾ, ਇਹ ਮੈਨੂੰ ਪਹਿਲੀ ਮਿਲ ਗਈ, ਕਿਸੇ ਹੋਰ ਦੇ ਵਿਆਹ 'ਤੇ ਜਾਣਾ, ਠੀਕ ਹੈ ਕਮਲ ਮੈਂ ਜਾਣਾ।
ठीक है आके कीते तू ये झंडा तू लै रोनो हटी ना। हाँ जी आप रेडी होके आ गए हैं। ना तुसी मेरा मेकअप देखो बस और कुछ ना लुक देखो। वाओ कितनी अच्छी लग रही हूँ मैं हूँ मैं पैदे अच्छी हुई हूँ। तो वैसे मैं जुड़ा कर दी हूँ इस बार कमल ने कहती नहीं नहीं तू आई बार एक हेयर स्टाइल बस उ लभ रखे कहती इस बार उन्हें मैं बिल्ली बनाता ठीक है बिंदी भी लाती बिंदी मैं ता लवाई क्योंकि बिंदी सरदार साहब नू बहुत सोहनी लगती लगी ठीक है बिंदी आप ली तैयार होके लग रहा चल एसी चलता सलून च भी बहर गर्मी जो तैयार होके बहर निकले आ बाहर निकल दी धुप च पिघल भी गया जुटी नु तां वी नहीं कोई डर ਵਿਆਹੀ ਕੁੜੀ ਨੂੰ ਆਪਾਂ ਮਿਲ ਗਏ ਤੇ ਹੁਣ ਉਹਨੂੰ ਰੈਡੀ ਹੋਈ ਨੂੰ ਮਿਲਾਂਗੇ ਓਕੇ ਕਿੱਦਾਂ ਦੀ ਲੁੱਕ ਹੋਊਗੀ ਉਹਦੀ ਹਨਾ ਹਾਂਜੀ ਆਪਾਂ ਪੈਲਸ ਚ ਪਹੁੰਚ ਗਏ ਸੀ ਪੈਲਸ ਦਾ ਨਾਂ ਹੈ ਪ੍ਰੀਤ ਪੈਲਸ ਖੋਖਰ ਰੋਡ ਢੱਡੇ ਪੈਲਸ ਚ ਨਹੀਂ ਪਹੁੰਚੇ ਪੈਲਸ ਦੇ ਬਾਹਰ ਪਹੁੰਚ ਗਏ ਚਲੋ ਪੈਲਸ ਦੇ ਬਾਹਰ ਪਹੁੰਚ ਗਏ ਬਣ ਗਏ ਪੈਲਸ ਦੇ ਕੁਲਵੇ ਜੇ ਪਹੁੰਚ ਗਏ ਤੇ ਬਾਕੀ ਬੁੱਪੜ ਜੀ ਹੋਰੇ ਆ ਰਹੇ ਨੇ ਬਾਕੀ ਮਾਮਾ ਮਾਮੀ ਆ ਰਹੇ ਨੇ ਉਹਨਾਂ ਨੂੰ ਅਸੀਂ ਉਡੀਕ ਰਹੇ ਹਾਂ ਉਹ ਪਿੱਛੇ ਨੇ ਮੈਂ ਦਿਲ ਇਕੱਠੇ ਵਗ ਜਾਵੇ ਡਿਖਾਣਾ ਦਾ ਵੱਡਾ ਪ੍ਰਾਹੁਣਾ ਅਤੇ ਛੋਟਾ ਪ੍ਰਾਹੁਣਾ ਇਕੱਠੇ ਜਾਵੇ ਆਹੋ 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 ਇਕੱਠੀ ਐਂਟਰੀ ਕਰਾਵਾਂਗੇ ਕੋਈ ਨਾ ਤੁਹਾਡੇ ਦੋਨਾਂ ਪ੍ਰਾਹੁਣਿਆਂ ਦੀ ਆਈ ਹੈ ਫਿਰ ਮਾਮਾ ਬਣ ਜਾ ਇਕੱਠੇ ਜਾਵਾਂਗੇ ਮੇਰੇ ਤਾਂ ਫੁੱਫੜ ਜੀ ਨੇ ਤੇਰੇ ਤਾਂ ਫੁੱਫੜ ਜੀ ਨੇ ਮੇਰਾ ਮਾਮਾ ਨਾ ਮੇਰੇ ਤਾਂ ਫੁੱਫੜ ਜੀ ਨੇ
ਹਾਂਜੀ ਜਿਹੜੀ ਇਹ ਵਾਲੀ ਡਰੈਸ ਆ ਠੀਕ ਆ ਕੱਪੜਾ ਹੈਗਾ ਵੀਰੇ ਇਹ ਸਾਰਾ ਜੋਰਜਟ ਦਾ ਕੱਪੜਾ ਹੈਗਾ ਦੁਪੱਟਾ ਵੀ ਜੋਰਜਟ ਦਾ ਠੀਕ ਹੈ ਅਤੇ ਨਾਲ ਕੌਡੀਆਂ ਵਾਲੀ ਲੇਸ ਲੱਗੀ ਹੋਈ ਆ ਅਤੇ ਇਹਦੇ ਉੱਪਰ ਜਿਹੜਾ ਵਰਕ ਕੀਤਾ ਉਹ ਸਾਰਾ ਮਸ਼ੀਨ ਵਰਕ ਕੀਤਾ ਹੋਇਆ ਗਾ ਅਤੇ ਗਰਮੀਆਂ ਦੇ ਵਿੱਚ ਪਾਉਣ ਵਾਲੀ ਇਹ ਡਰੈਸ ਬਹੁਤ ਕੰਫਰਟੇਬਲ ਆ ਠੀਕ ਹੈ ਜੇ ਬਾਏ ਕਰਨੀ ਹੈ ਤਾਂ ਦਿੱਤੇ ਨੰਬਰ 'ਤੇ ਕੰਟੈਕਟ ਕਰੋ ਆਪਾਂ ਪਕੌੜੇ ਨਾਲ ਰੱਜ ਰੁੱਜ ਕੇ ਬੀਬੀ ਨੂੰ ਮਿਲ ਕੇ ਬੀਬੀ ਨੂੰ ਡਿੱਖਾਂ ਮਿਲੇ ਆਏ ਸੀਗੇ ਅਤੇ ਹੁਣ ਆਪਾਂ ਰੈਸਟ ਕਰ ਲਈ ਹੈ ਨਾ ਮੇਕਅਪ ਵਗੈਰਾ ਉਤਾਰ ਲਿਆ ਅਤੇ ਕੁੰਡੀਆਂ ਵੀ ਖੋਲਦੀਆਂ ਮੈਂ ਤਾਂ ਅਤੇ ਹੁਣ ਆਪਾਂ ਮੰਮੀ ਵਰਗਿਆਂ ਕੋਲ ਜਾਂਦੇ ਹਾਂ ਚੇਂਜ ਵਗੈਰਾ ਕਰਕੇ ਹੈ ਨਾ ਚੇਂਜ ਕਰਕੇ ਆਪਾਂ ਮੰਮੀ ਵਰਗਿਆਂ ਕੋਲ ਜਾਂਦੇ ਹਾਂ ਅਤੇ ਮੰਮੀ ਵਰਗਿਆਂ ਨਾਲ ਕਰਦੇ ਹਾਂ ਥੋੜ੍ਹੀ ਕੁ ਮਸਤੀ ਕੀ ਕਰਦਾ ਹਾਂਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਅਤੇ ਪਰ ਅਸੀਂ ਵਲੌਗ ਬਣਾਉਣਾ ਭੁੱਲ ਜਾਂਦੇ ਹੁੰਦੇ ਹਾਂ ਅਤੇ ਕਈ ਵਾਰ ਨਹੀਂ ਪਤਾ ਲੱਗਦਾ ਪਰ ਜਿੰਨਾ ਕੁ ਵੀ ਬਣਿਆ ਤੁਹਾਨੂੰ ਵਧੀਆ ਲੱਗੂਗੀ ਡਰੈਸ ਵਧੀਆ ਲੱਗੂ ਠੀਕ ਹੈ ਅਤੇ ਉਹ ਵੀ ਗਰਮੀਆਂ ਵਾਸਤੇ ਬਹੁਤ ਕੰਫਰਟੇਬਲ ਆ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਮੇਰੇ ਤੋਂ ਬਣਵਾਓਗੇ ਬਹੁਤ ਜ਼ਿਆਦਾ ਵਧੀਆ ਗੱਲ ਆ ਕਿਉਂਕਿ ਸੇਮ ਉਮੀਦ ਦੀ ਬਣੂਗੀ ਕਿਤੋਂ ਹੋਰ ਬਣਵਾਓਗੇ ਥੋੜ੍ਹਾ ਜਿਹਾ ਫਰਕ ਰਹਿ ਜੂ ਠੀਕ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰਿਓ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ